ਗੁਰਾਇਆ ਇਲਾਕੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਇੱਕ ਮਾਮਲਾ ਥਾਣਾ ਗੁਰਾਇਆ ਅਧੀਨ ਆਉਂਦੇ ਪਿੰਡ ਢੰਡਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਚਾਦਰਾਂ ਵੇਚਣ ਦੀ ਆੜ 'ਚ ਆਏ ਲੁਟੇਰੇ ਦਾਤਰ ਦੀ ਨੋਕ 'ਤੇ ਇੱਕ ਆਟਾ ਚੱਕੀ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਿਆ। ਲੁੱਟਖੋਹ ਦਾ ਸ਼ਿਕਾਰ ਹੋਏ ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਪਿੰਡ ਢੰਡਾ ਨੇ ਦੱਸਿਆ ਕਿ ਉਹ ਆਪਣੀ ਆਟਾ ਚੱਕੀ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਦੋ ਵਿਅਕਤੀ ਪਿੰਡ ਸੰਘ ਢੇਸੀਆਂ ਵੱਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦਲੀਏ ਦੇ ਰੇਟ ਬਾਰੇ ਪੁੱਛਿਆ। ਇੰਨੇ ਨੂੰ ਉਹਨਾਂ ਦਾ ਇੱਕ ਹੋਰ ਸਾਥੀ ਆ ਗਿਆ। ਉਕਤ ਲੁਟੇਰੇ ਉਸਦੀ ਧੌਣ 'ਤੇ ਦਾਤ ਰੱਖ ਕੇ ਦੁਕਾਨ ਦੇ ਗੱਲੇ ਵਿੱਚ ਪਈ 8,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਕਤ ਲੁਟੇਰੇ ਉਸਦੀ ਆਟਾ ਚੱਕੀ 'ਤੇ ਚਾਦਰਾਂ ਵੀ ਛੱਡ ਗਏ ਹਨ। ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਕਿਹੜੇ ਪਿੰਡ ਤੋਂ ਰਹਿਣ ਵਾਲੇ ਆ ਬਾਈ? ਢੰਡਿਆਂ ਤੋਂ। ਕੀ ਵਾਰਦਾਤ ਹੋਈ ਆ ਬਾਈ ਤੁਹਾਡੇ ਨਾਲ? ਤਾਂ ਮੇਰੇ ਕੋਲ ਆਈ, ਕਹਿੰਦੇ ਦਲੀਆ ਲੈਣਾ ਸੀ 25 ਕਿਲੋ, ਹੁਣ ਕਣਕ ਦਿਖਾ ਲਓ ਜੀ। ਕੌਣ ਆਏ ਸੀਗੇ ਜੀ? ਆ ਚਾਦਰਾਂ ਵੇਚਦੇ ਆ ਜੀ, 3 ਜਣੇ ਸੀਗੇ, 2 ਜਣੇ ਪਹਿਲਾਂ ਆਏ, 3 ਚਾਦਰਾਂ ਵਾਲਾ ਮਗਰੋਂ ਅੰਦਰ ਵੜ ਗਿਆ। ਕਾਹਤੇ ਆਏ ਸੀਗੇ ਜੀ? ਜੀ ਮੋਟਰਸਾਈਕਲ ਸੀ, ਪਲਟੀਨਾ ਮੋਟਰਸਾਈਕਲ ਸੀਗਾ ਜੀ। ਅਤੇ ਕਹਾਣੀ ਕੀ ਹੋਈ ਤੁਹਾਡੇ ਨਾਲ? 12 ਵਜੇ ਸੀਗੇ ਜੀ ਟਾਈਮ। ਨਹੀਂ ਕਹਾਣੀ ਕੀ, ਗੱਲਬਾਤ ਕੀ ਹੋਈ ਤੁਹਾਡੇ ਨਾਲ? ਅੰਦਰ ਕਹਿੰਦੇ ਵੀ ਆਹ ਕੀ ਕਰਦਾ ਤੂੰ? ਮੈਂ ਕਿਹਾ ਮੈਂ ਤੇਲ ਦੀ ਬੋਤਲ ਭਰਦਾ, ਕਿੱਥੇ ਨਾਲ ਜਾਣੀ ਆ? ਕਹਿੰਦੇ ਤੇਰੇ ਕੋਲ ਕੈਸ਼ ਕਿੱਥੇ ਪਿਆ, ਗੱਲਾਂ ਕਿੱਥੇ ਆ? ਤੇ ਮੇਰੀ ਧੌਣ 'ਤੇ ਨਹੀਂ ਦਾਤ ਰੱਖ ਦਿੱਤਾ। ਮੈਂ ਕਿਹਾ ਯਾਰ ਆਹ ਗੱਲਾਂ ਨਾਲ ਹੀ ਪਿਆ ਮੂਹਰੇ ਹੀ ਆ। ਕਹਿੰਦੇ ਪੈਸੇ ਕੱਢ ਕਿੰਨੇ? ਪਰ ਗਿਣ ਕੇ ਉਹ ਨਹੀਂ ਲਏ। ਮੈਂ ਕਿਹਾ 8,000 ਰੁਪਈਆ। ਕਹਿੰਦੇ ਇੱਥੇ ਫੜਾ ਦਿਓ। ਕਿੱਧਰੋਂ ਆਏ ਅਤੇ ਕਿੱਧਰ ਨੂੰ ਗਏ? ਇੱਧਰੋਂ ਢੇਸੀਆਂ ਵੱਲੋਂ ਆਏ, ਢੇਸੀਆਂ ਨੂੰ ਵਾਪਸ ਪਿਛਾ ਨੂੰ ਚੱਲ ਗਏ। ਉਹਨਾਂ ਦੇ ਮੂੰਹ ਵਗੈਰਾ ਬੰਨੇ ਹੋਏ? ਨਹੀਂ ਕੋਈ ਨਹੀਂ ਸੀ, ਮੂੰਹ ਨਹੀਂ ਬੰਨੇ। ਇੱਕ ਨੇ ਲਾਲ ਸ਼ਰਟ ਪਾਈ ਸੀ, ਇੱਕ ਨੇ ਡੱਬੀਆਂ ਵਾਲੀ ਔਰਤ ਨੀਲੀ ਚਿੱਟੀ ਜਿਹੀ ਕਮੀਜ਼ ਪਾਈ ਸੀ, ਇੱਕ ਗ੍ਰੇ ਕੱਪੜੇ ਪਾਇਆ ਸੀ, ਕੁੜਤਾ ਪਜਾਮਾ ਸਾਫਾ ਸਿਰ 'ਤੇ ਬੰਨਿਆ ਸੀ। ਸਰਦਾਰ ਸੀਗੇ ਕਿ ਮੂਨੇ? ਮੂਨੇ ਸੀਗੇ 3 ਜੀ। ਅਤੇ ਇੱਥੇ ਚੱਕੀ 'ਤੇ ਛੱਡ ਕੇ ਕੀ ਗਏ ਉਹ? ਚੱਕੀ 'ਤੇ ਚਾਦਰ ਨਾਲ ਛੱਡ ਗਿਆ ਜੀ, 5-4 ਜੋੜੇ ਜੀ ਪਏ। ਹਾਂਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਕੋਈ ਨਹੀਂ, ਸਾਨੂੰ ਪੈਸੇ ਮਿਲ ਜਾਣ, ਸਾਡਾ ਨੁਕਸਾਨ ਹੋਇਆ।